ਮਹਾਰਾਜਾ ਹਰਿ ਸਿੰਘ ਦੀ ਜਿਹੜੀ ਪਰੇਡ ਹੁੰਦੀ ਸੀ ਨਾ ਫੌਜ ਦੀ, ਇਸੇ ਜਗ੍ਹਾ ਸਾਰੀ ਹੁੰਦੀ ਸੀ, ਸਾਰੀ ਜਿੰਨਾ ਵੀ ਏਰੀਆ, ਜਿੰਨਾ ਵੀ ਬਹੁਤ ਵੱਡਾ ਏਰੀਆ ਸੀ। ਅੱਛਾ। ਅਤੇ ਨਾਲ ਕੱਚੀ ਛਾਵਣੀ, ਉੱਥੇ ਫੌਜ ਹੁੰਦੀ ਸੀ ਕੱਚੀ ਛਾਵਣੀ ਸਾਰੀ। ਉਹਦਾ ਨਾਂ ਕੱਚੀ ਛਾਵਣੀ ਤਾਂ ਕੱਚੀ ਛਾਵਣੀ ਛਾਵਣੀ ਹੁੰਦੀ ਨਾ। ਅੱਛਾ। ਉਹ ਛਾਵਣੀ ਮਹਾਰਾਜਾ ਹਰਿ ਸਿੰਘ ਦੀ ਸਾਜ਼ਿਸ਼ ਪਾਉਂਦੀ ਸੀ ਫੋਨ। ਅੱਛਾ। ਸਾਨੂੰ ਬਜ਼ੁਰਗ ਸੁਣਾਉਂਦੇ ਸੀ ਨਾ ਸਾਡੇ। ਅੱਛਾ ਅੱਛਾ। ਉਹ ਉਹਦੇ ਤਾਂ ਇੱਕ ਸਾਡੇ ਅਸੀਂ ਕਾਰਪੈਂਟਰ ਸੀ, ਉਹ ਮਹਾਰਾਜਾ ਹਰਿ ਸਿੰਘ ਦੀ ਕੈਪ ਬਣਾਉਂਦੇ ਹੁੰਦੇ ਸੀ, ਉਹਨੇ ਬਜ਼ੁਰਗ ਕੈਪ ਟੋਪੀ ਬਣਾਉਂਦੀ, ਜਿਹੜੇ ਪਗੜੀ ਰੱਖਦੇ ਸੀ ਸਾਫ਼ਾ। ਅੱਛਾ। ਪਗੜੀਆਂ ਅਲੱਗ ਅਲੱਗ ਰੱਖਦੇ ਸੀ ਸਾਰੀ। ਅੱਛਾ। ਹਾਂ, ਅੱਜ ਦੀ ਡੇਟ ਦੇ ਵਿੱਚ ਬੜਾ ਉਹਨੂੰ ਆਰਚੀਟੈਕਟ ਇਤਨਾ ਵਧੀਆ ਸੀ ਸਰ, 100 ਸਾਲ ਦੀ ਐਡਵਾਂਸ ਸੜਕਾਂ ਕੋਈ ਦੇਖ ਲਓ, ਕੋਈ ਕੀਤੀ ਵਾਈਡਿੰਗ ਦੇਖ ਲਓ, ਜੰਮੂ ਸ਼ਹਿਰ ਕੋਈ ਵਾਈਡਿੰਗ ਹੋਇਆ ਐਜ਼ ਇਟ ਹੀ ਚੱਲੇ, ਦੇਖ ਲਓ ਪੂਰੇ ਪੂਰੇ ਜੰਮੂ ਸ਼ਹਿਰ ਦੇਖ ਲਓ, 35 ਤੋਂ ਸ਼ੁਰੂ ਹੋਵੇ ਥੱਲੇ ਜੀਵਨ ਤੱਕ ਚੱਲੋ, ਕੋਈ ਵਾਈਡਿੰਗ। ਬੜਾ ਪੁਰਾਣਾ ਸ਼ਹਿਰ ਹੈ ਪਰੇਡ, ਔਰ ਇਹ ਉਹ ਪਰੇਡ ਹੈ ਜਿੱਥੋਂ ਇੱਕ ਸਮਾਂ ਆ ਇੰਟਰ ਸਟੇਟ ਗੱਡੀਆਂ ਜਿਹੜੀਆਂ ਨੇ ਇਸ ਪਰੇਡ ਵਿੱਚ ਆ ਦੂਜੀਆਂ ਰਿਆਸਤਾਂ 'ਚ ਵੀ ਜਾਂਦੀਆਂ ਸੀਗੀਆਂ, ਜੰਮੂ ਖਿੱਤੇ 'ਚ ਤਾਂ ਜਾਂਦੀਆਂ ਹੀ ਜਾਂਦੀਆਂ, ਪੁੰਛ, ਰਜੌਰੀ, ਉਧਮਪੁਰ, ਰਾਮਨਗਰ, ਸ਼੍ਰੀਨਗਰ, ਇੱਥੋਂ ਗੱਡੀਆਂ ਜਾਂਦੀਆਂ ਜਾਂਦੀਆਂ। ਇਸ ਦੇ ਇਲਾਵਾ ਪੰਜਾਬ ਜਾਂ ਦੂਜੇ ਸਟੇਟਾਂ 'ਚ ਵੀ ਜਿਹੜੀਆਂ ਗੱਡੀਆਂ ਨੇ ਉਹ ਇੱਥੋਂ ਹੀ ਜਾਂਦੀਆਂ ਹੀ ਆ। ਅੱਜ ਤੁਸੀਂ ਦੇਖੀ ਸਕਦੇ ਹੋ ਕਿ ਜਿਸ ਜਗ੍ਹਾ ਪਰਾ ਇੰਟਰ ਸਟੇਟ ਗੱਡੀਆਂ ਜਾਂਦੀਆਂ ਹੀ ਆ, ਅੱਜ ਉੱਥੇ ਗਏ ਪਾਰਕਿੰਗ ਇੱਕ ਬੜੀ ਵੱਡੀ ਸਮੱਸਿਆ ਬਣੀ ਚੁੱਕੀ ਦੀ ਹੈ, ਔਰ ਜਿਹਦਾ ਸਿੱਧਾ ਅਸਰ ਜਿੰਨੇ ਵੀ ਇੱਥੇ ਦੁਕਾਨਦਾਰ ਨੇ ਉਹਦੇ ਕੰਮ ਰੋਜ਼ਗਾਰ ਉੱਪਰ ਲਗਾਤਾਰ ਪਵਾ ਕਰਦਾ। ਦੂਜੀ ਬਾਕੀ ਗੱਲ ਇਹ ਹੈ ਭਾਈ 1971 'ਚ ਇਹ ਜਿਹੜਾ ਇੱਥੋਂ ਬੱਸਾਂ ਦਾ ਜਿਹੜਾ ਅੱਡਾ ਆ ਉਹ ਕੁਦੈ ਦੂਜੀ ਜਗ੍ਹਾ ਗਿਆ ਟੁਰੀ, ਔਰ ਅੱਜ ਇਹ ਪਰੇਡ ਜਿਹੜੀ ਹੈ ਇਹ ਸਿਰਫ ਮੈਟਾਡੋਰਾਂ ਗਏ ਤੁਸੀਂ ਕੀ ਇੱਥੇ ਖੜੋਤੀ ਦੀਆਂ ਲੱਭਦੀਆਂ ਨੇ। ਔਰ ਇਸ ਸੰਬੰਧ 'ਚ ਜਾਣਕਾਰੀ ਲੈਂਦੇ ਹਾਂ ਇੱਥੋਂ ਦੇ ਗਏ ਸ਼ਹਿਰਦਾਰੇ ਕੋਲ, ਅਤੇ ਤੁਸੀਂ ਵੀ ਲਓ ਸਾਡੇ ਕੰਨੇ ਸੁਧੀਰ ਔਰ ਖੜੋਤੇ ਦੇ ਨੇ, ਇਹਦੇ ਕੰਨੇ ਗੱਲਬਾਤ ਕਰ ਰਹੇ ਹਾਂ। ਸੁਧੀਰ ਜੀ, ਮੈਨੂੰ ਇਹ ਦੱਸੋ ਭਾਈ ਇਹ ਜਿਹੜੀ ਪਰੇਡ ਹੈ ਇਹਦਾ ਨਾਂ ਪਰੇਡ ਗਰਾਊਂਡ ਕੀ ਪਿਆ? ਇਹ ਸਰ ਇਸ ਤਰ੍ਹਾਂ ਮਹਾਰਾਜਾ ਹਰਿ ਸਿੰਘ ਦੀ ਜਿਹੜੀ ਪਰੇਡ ਹੁੰਦੀ ਸੀ ਨਾ ਫੌਜ ਦੀ, ਇਸੇ ਜਗ੍ਹਾ ਸਾਰੀ ਹੁੰਦੀ ਸੀ, ਸਾਰੀ ਜਿੰਨਾ ਵੀ ਏਰੀਆ, ਜਿੰਨਾ ਵੀ ਬਹੁਤ ਵੱਡਾ ਏਰੀਆ ਸੀ। ਅੱਛਾ। ਅਤੇ ਨਾਲ ਕੱਚੀ ਛਾਵਣੀ, ਉੱਥੇ ਫੌਜ ਹੁੰਦੀ ਸੀ ਕੱਚੀ ਛਾਵਣੀ ਸਾਰੀ। ਉਹਦਾ ਨਾਂ ਕੱਚੀ ਛਾਵਣੀ ਤਾਂ ਕੱਚੀ ਛਾਵਣੀ ਛਾਵਣੀ ਹੁੰਦੀ ਨਾ। ਅੱਛਾ। ਉਹ ਛਾਵਣੀ ਮਹਾਰਾਜਾ ਹਰਿ ਸਿੰਘ ਦੀ ਸਾਜ਼ਿਸ਼ ਪਾਉਂਦੀ ਫੋਨ। ਸਾਨੂੰ ਬਜ਼ੁਰਗ ਸੁਣਾਉਂਦੇ ਸੀ ਨਾ ਸਾਡੇ। ਅੱਛਾ ਅੱਛਾ। ਉਹ ਉਹਦੇ ਤਾਂ ਇੱਕ ਸਾਡੇ ਅਸੀਂ ਕਾਰਪੈਂਟਰ ਸੀ, ਉਹ ਮਹਾਰਾਜਾ ਹਰਿ ਸਿੰਘ ਦੀ ਕੈਪ ਬਣਾਉਂਦੇ ਹੁੰਦੇ ਸੀ, ਉਹਨੇ ਬਜ਼ੁਰਗ ਕੈਪ ਟੋਪੀ ਬਣਾਉਂਦੀ, ਜਿਹੜੇ ਪਗੜੀ ਰੱਖਦੇ ਸੀ ਸਾਫ਼ਾ। ਅੱਛਾ। ਪਗੜੀਆਂ ਅਲੱਗ ਅਲੱਗ ਰੱਖਦੇ ਸੀ ਸਾਰੀ। ਅੱਛਾ। ਹਾਂ, ਇਹ ਪਰਟੀਕੁਲਰਲੀ ਇਹ ਬੜੀ ਵੱਡੀ ਗਰਾਊਂਡ ਸੀ ਸਾਡੇ, ਹੁਣ ਤਾਂ ਕੰਜੈਸਟਡ ਹੋ ਸਾਰਾ ਹੋ ਗਿਆ। ਅਤੇ ਉਸ ਵੇਲੇ ਮੈਂ ਇਹਦੇ ਦੁਕਾਨਾਂ ਸ਼ਕਾਨਾਂ ਇਹਦੇ ਕੁਛ ਵੀ ਨਹੀਂ ਹੈ, ਇਹ ਗਰਾਊਂਡ ਸੀ ਸਾਰੀ ਆਲਵਰਡ। ਅੱਛਾ। ਸਿਟੀ ਦੇ ਬਾਅਦ 'ਚ ਨਿਰਮਾਣ ਹੋਇਆ ਨਾ, ਆਸਾ ਆਸਤਾ ਆਸਾ ਆਸਤਾ ਡਿਵੈਲਪ ਹੋਈ ਪਹਾੜੀ ਦੀ ਹੈ ਸਰ। ਬਿਲਕੁਲ। ਯਾਨੀ ਕਿ ਗੁਮਟਾਲਾ ਜਿਹੜਾ ਦਰਵਾਜ਼ਾ ਆ, ਇਹੋ ਚਾਰ ਦਰਵਾਜ਼ੇ ਸੀ, ਇਹ ਚਾਰ ਦਰਵਾਜ਼ੇ, ਉਹਦਾ ਟੁੱਟੇ ਦਾ ਦਰਵਾਜ਼ਾ ਸਾਡੇ ਸਾਈਡ 'ਚ। ਬਿਲਕੁਲ। ਹਾਲੇ ਹੁਣ ਡਿਵੈਲਪ ਕਰਨਾ, ਗੌਰਮੈਂਟ ਦੀ ਪਾਲਿਸੀ ਚੱਲ ਰਹੀ ਹੈ। ਬਿਲਕੁਲ। ਅਤੇ ਇਹ ਜਿਹੜਾ ਸ਼ਹਿਰ ਬੱਸਿਆ ਇਹ ਕਿਹੜਾ ਆਣੀ ਹੈ ਇੱਧਰ, ਇਹ ਦੁਕਾਨਾਂ ਸ਼ਕਾਨਾਂ ਇਹ ਬਾਅਦ 'ਚ ਪਈਆਂ ਹੋਣੀਆਂ? ਸਭ ਬਾਅਦ 'ਚੋਂ, ਬੜੇ ਅਰਸੇ ਦੇ ਬਾਅਦ ਪਈ ਹੈ। ਅੱਛਾ। ਇਹ ਵੂਮੈਨ ਕਾਲੇ ਬਾਅਦ 'ਚ ਬਣੇ? ਅੱਛਾ। ਇਹ ਸਾਡੇ ਪਿਤਾ ਜੀ ਸੁਣਾਉਂਦੇ ਬਾਅਦ 'ਚ ਬਣੇ? ਇਹ ਰਾਣੀ ਪਾਰਕ ਹੈ, ਰਾਣੀ ਦਾ ਪਾਰਕ ਸੀ, ਮਹਾਰਾਜ ਰਾਧਾ ਕ੍ਰਿਸ਼ਨ ਦਾ ਮੰਦਰ ਆ, ਕਿੰਨਾ ਖੂਬਸੂਰਤ। ਹਾਂਜੀ ਹਾਂਜੀ। ਜਿਹੜਾ ਦੂਸਰਾ ਮੰਦਰ ਆ ਬਾਅਦ 'ਚ ਬਣਿਆ। ਅੱਛਾ। ਜਿਹੜਾ ਮੇਨ ਸਕੂਲ ਦੇ ਨਾਲ ਨਾ ਉਹ ਬਾਅਦ 'ਚ ਬਣਿਆ, ਪਹਿਲਾਂ ਪੁਰਾਣਾ ਇਤਿਹਾਸਿਕ ਮੰਦਰ ਉੱਥੇ ਤਲਾਅ ਹੁੰਦਾ ਸੀ ਮਹਾਰਾਜ। ਅੱਛਾ। ਰਾਣੀ ਸਾਹਿਬ ਆਪ ਸੁਣਾਉਂਦੇ ਸਾਨੂੰ, ਬਜ਼ੁਰਗ ਸੁਣਾਉਂਦੇ, ਰਾਣੀ ਇੱਥੇ ਆਉਂਦੀ, ਰਾਣੀ ਮਹਾਰਾਜ ਤਲਾਅ, ਰਾਣੀ ਪਾਰਕ ਸਾਰਾ ਰਾਣੀ ਮਹਾਰਾਜ ਘੁੰਮਣ ਸੁਣਾਉਂਦੇ ਸਰ। ਸੰਜਾ ਲੈ ਜਲੇ ਕੁਦੈ ਜਿਸ ਤਰ੍ਹਾਂ ਰਾਜੇ ਮਹਾਰਾਜ, ਬਿਲਕੁਲ ਜਿਹਦਾ ਆਪਣਾ ਟਾਈਮ ਟੇਬਲ ਹੁੰਦਾ, ਜਿਸ ਤਰ੍ਹਾਂ ਲਾਇਬ੍ਰੇਰੀ ਹੈ ਤੁਹਾਡੀ, ਰਣਵੀਰ ਲਾਇਬ੍ਰੇਰੀ, ਰਣਵੀਰ ਰਾਜ ਸਕੂਲ, ਇਹੀਓ ਤਾਂ ਪਹਿਲੇ ਆ ਸੀ, ਪਹਿਲੇ ਕੋਈ ਹੋਰ ਥੋੜ੍ਹਾ ਕੁਛ ਹੋਰ ਸੀ, ਹੋਰ ਤਾਂ ਕੋਈ ਸਾਡੇ ਬਜ਼ੁਰਗ ਸੁਣਾਉਂਦੇ ਸਾਨੂੰ, ਹੋਰ ਕੁਛ ਨਹੀਂ ਸੀ। ਅੱਛਾ। ਅਤੇ ਫਿਰ ਇੱਥੇ ਬੱਸ ਸਟੈਂਡ ਹੁੰਦਾ ਹੈ ਜਿਹੜਾ ਅੰਤਰ ਰਾਜੇ ਜਿਹੜੇ ਦੂਜੀਆਂ ਰਿਆਸਤਾਂ 'ਚ ਜਾਂਦਾ, ਐਨ ਡੀ ਰਾਧਾ ਕ੍ਰਿਸ਼ਨ ਹੁੰਦੇ ਸੀ। ਅੱਛਾ। ਮੇਰੇ ਫਾਦਰ ਉਹਦੇ 'ਚ ਡਰਾਈਵਿੰਗ ਕਰਦੇ ਸੀ। ਅੱਛਾ। ਐਨ ਡੀ ਰਾਧਾ ਕ੍ਰਿਸ਼ਨ, ਫਿਰ ਉਹਦੇ ਬਾਅਦ ਆਇਆ ਜਿਹੜੇ ਕੀ ਨਾਂ ਦਾ ਉਹ ਸਾਹਮਣੇ ਦੁਕਾਨ ਉਹਨਾਂ ਦੀ। ਅੱਛਾ।
ਬੈਦ ਵਿਆਹਾਂ ਦੀ ਡਾਕ ਚੱਲਦੀ ਹੁੰਦੀ ਸੀ, ਸੁਣਾਉਂਦੇ ਵੀਰ ਸੋਹਣ ਸੁਣਾਉਂਦੇ। ਅੱਛਾ, ਵਿਆਹ ਸਾਹਿਬ ਉਹਨਾਂ ਦਾ ਸਾਡਾ ਫਾਦਰ ਦਾ ਕੰਟੈਕਟ ਸੀ। ਅੱਛਾ, ਡਾਕ ਜਾਂਦੀ ਸੀ ਬਨਾਲ ਦੀ, ਹਾਲੇ ਵੀ ਚੱਲਦੀ ਉਹਨਾਂ ਦੀ ਚੱਲਦੀ ਕਰਦੇ ਵਿਆਹਾਂ ਦੀ। ਐਨ ਡੀ ਰਾਧਾ ਕ੍ਰਿਸ਼ਨ ਦਾ ਸਭ ਤੋਂ ਇੱਥੇ ਰੇਲਵੇ ਉਹਨਾਂ ਦਾ ਹੁੰਦਾ ਸੀ ਥੱਲੇ। ਅੱਛਾ, ਪਰੇਡ ਦੇ ਗੇਟ ਸਾਹਮਣੇ। ਅੱਛਾ, ਐਨ ਡੀ ਰਾਧਾ ਕ੍ਰਿਸ਼ਨ ਬੜੀ ਸੌਖੀ ਫਿਰ ਅਸੀਂ ਦਿੱਲੀ ਚੱਲੇ ਸ਼ਿਫਟ ਕੀਤੇ। ਅੱਛਾ, ਬੜੇ ਚੱਲੋ ਫਿਰ ਦਿੱਲੀ ਆਇਆ ਜੰਮੂ ਦੇ। ਇਹ ਜੰਮੂ ਦੇ ਸੀ ਫਿਰ ਉਹ ਦਿੱਲੀ ਚੱਲੀ, ਉਹ ਦਿੱਲੀ ਚੱਲੇ, ਹੁਣ ਦਿੱਲੀ ਹੁਣ ਗਏ ਰੀਸੈਂਟਲੀ ਹੁਣ ਗਏ ਯਾਰ। ਅੱਛਾ, ਕੋਈ ਹੋਣਾ 10-12 ਸਾਲ ਦੇ ਗਏ। ਅਤੇ ਇੱਥੋਂ ਇੰਟਰਸਟੇਟ ਗੱਡੀਆਂ ਇੱਥੋਂ ਚੱਲਦੀਆਂ ਪਰੇਡ? ਇੰਟਰਸਟੇਟ ਇੱਕੋ ਗੱਡੀ ਹੁੰਦੀ, ਕਿੰਨੀ ਗੱਡੀ ਚੱਲਦੀ? ਇੱਕ ਅੱਧੀ ਗੱਡੀ ਹੁੰਦੀ, ਕੋਈ ਸੁਣਾਉਂਦੇ ਵੀ ਇੱਕ ਅੱਧੀ ਗੱਡੀ ਹੁੰਦੀ, ਕਿੰਨੀਆਂ ਗੱਡੀਆਂ ਹੁੰਦੀਆਂ ਉਸ ਵੇਲੇ? ਇੰਨਾ ਦਾ ਸ਼ਹਿਰ ਤਾਂ ਆ ਹੀ, ਕਿੰਨਾ ਹੀ ਸ਼ਹਿਰ ਸੀ ਉੱਥੇ, ਵੀ ਤੁਸੀਂ ਆਪੋ ਹੀ ਅਸੈਸਮੈਂਟ ਕਰ ਸਕਦੇ ਹੋ ਉਸ ਟਾਈਮ ਕਿੰਨਾ ਸ਼ਹਿਰ ਸੀ ਸਾਡਾ, ਸ਼ਹਿਰ ਕਿੰਨੀ ਪਾਪੂਲੇਸ਼ਨ ਸੀ, ਕਿੰਨੀ ਲਿਮਿਟਡ ਪਾਪੂਲੇਸ਼ਨ ਸੀ। ਮੈਂ ਤੁਹਾਨੂੰ ਸੁਣਾਵਾਂ, ਪੁਰਾਣਾ ਜੰਮੂ ਸ਼ਹਿਰ ਕਹਾ ਪੁਰਾਣਾ, ਮੈਂ ਤੁਹਾਨੂੰ ਸੁਣਾਵਾਂ। ਫਾਦਰ ਮੇਰੇ ਨੇ ਭਦਰਵਾਈ ਮਿਨਿਸਟਰ ਸੀ, ਉਹਨਾਂ ਮੇਰੇ ਯਾਰ ਦੋਸਤ ਸੀ, ਮੇਰੇ ਫਾਦਰ ਸੁਣਾਉਂਦੇ ਮੈਨੂੰ। ਅੱਛਾ, ਮੈਨੂੰ ਕਹਿੰਦੇ ਬੁਧੀ ਸਿੰਘ ਜੀ ਪੌਣੇ 8 ਹਜ਼ਾਰ ਰੁਪਇਆ ਦੋ, ਮੈਂ ਆਪਣੇ ਲਈ ਪਲਾਟ ਲਿਆ ਪੌਣੇ 2 ਕਨਾਲ ਕਾ, ਔਰ ਉਹ ਸਿੰਘ ਦਾ ਗ੍ਰੀਨ ਬੈਲ ਪਾਰਕ। ਅੱਛਾ, ਉਹ ਪੈਸੇ ਦੇ, ਮੇਰੀ ਮਦਰ ਨਹੀਂ ਮੰਨੀ, ਉਹ ਜੰਗਲ ਹੁੰਦਾ ਸੀ ਉਹ। ਅੱਛਾ, ਹਿਸਾਬ ਲਾ ਲਓ, ਇਸ ਕਰਕੇ ਉਹ ਸ਼ਹਿਰ ਇੰਨਾ ਸੀ, ਲੋਕ ਜਾਂਦੇ ਨਹੀਂ, ਸਿਟੀ ਛੱਡ ਕੇ ਜਾਂਦੇ ਨਹੀਂ, ਜਾਂਦੇ ਨਹੀਂ। ਮੈਂ ਸਿਟੀ ਜਾਂਦਾ ਨਸ ਬਜ਼ਾਰ ਦੇ ਵਿੱਚ ਜਾਂਦਾ। ਅੱਛਾ, ਮੈਂ ਇਹ ਦੱਸੋ ਭਾਈ ਜਿਹੜਾ ਬੱਸ ਸਟੈਂਡ ਆ ਇੱਥੇ, ਫਿਰ ਇੱਥੋਂ ਚੁਕੋਇਆ ਕਦੋਂ? ਇਹ ਮੈਨੂੰ ਨਹੀਂ ਪਤਾ, ਚੁਕੋਇਆ ਨਹੀਂ ਹੈ। ਇਹ ਬੱਸ ਸਟੈਂਡ ਸਾਡੀ ਹੋਸ਼ ਦੇ ਵਿੱਚ ਚੱਲਦੀਆਂ ਸੀ ਗੱਡੀਆਂ, ਸਿਟੀ ਬੱਸ ਚੱਲਦੀ ਹੁੰਦੀ ਸੀ ਆਰ ਟੀ ਸੀ ਦੀ। ਇਹ ਜਿੱਥੇ ਪੌੜੀਆਂ ਦੁਕਾਨ ਨਹੀਂ ਹੈ, ਇਹ ਨਿਕਲਾ ਦਫ਼ਤਰ ਲਈ ਵੀ ਹੈ, ਇੱਥੋਂ ਚੱਲਦੀ ਹੁੰਦੀ। ਹਾਂ, ਇੱਥੋਂ ਚੱਲਦੀ ਹੁੰਦੀ ਸਿਟੀ ਬੱਸ ਚੱਲਦੀ ਹੁੰਦੀ। ਪੁਰਾਣੇ ਵਾਲੇ ਮੈਟਰੋ ਆ ਗਏ ਸਿਸਟਮ, ਉਹ ਫਿਰ ਕੋਈ 3 ਟਾਇਰ ਵਾਲੇ, ਉਹ ਇਹ ਭੂੰਡ ਜੇ, ਉਹ ਭੂੰਡ ਤਾਂ ਕਾਫੀ ਦੇ ਚੱਲਦੇ ਰਹੇ ਨਾ, ਉਹ ਟੈਂਪੂ ਹੁੰਦਾ, ਅੱਜ ਵੀ ਪੰਜਾਬ ਚੱਲਦੇ ਆ, ਢੰਗ ਰੋਡ ਚੱਲਦੇ ਆ, ਮਗਰ ਟਾਈਮ ਨਾਲ ਕਨਵਰਸ਼ਨ ਹੋਈ ਸਾਰੀ, ਚੇਂਜਿੰਗ ਆ ਰਹੀ, ਹਰ ਚੀਜ਼ ਚੇਂਜ ਗਿਆ ਜੀ। ਜ਼ਿਆਦਾ ਚੇਂਜਿੰਗ ਤਾਂ ਆਈ 1999 ਦੇ ਬਾਅਦ ਜ਼ਿਆਦਾ ਚੇਂਜਿੰਗ ਆਈ, ਇਹ ਜਨਾਬ ਨੂੰ ਹੀ ਪਤਾ। ਬਿਲਕੁਲ, ਜਿਹੜੇ ਗੌਰਮੈਂਟਾਂ ਚੇਂਜ ਹੁੰਦੀਆਂ ਸੈਂਟਰ ਦੇ ਵਿੱਚ, ਅਤੇ ਨੈਚੁਰਲੀ ਗੱਲ ਹੈ ਜਿਹੜੇ ਹਾਈ ਪ੍ਰੋਫਾਈਲ ਆਉਂਦੀ ਹੈ। ਮੈਨੂੰ ਅੱਜ ਤੱਕ ਯਾਦ ਹੈ ਓਲੰਪਿਕਸ ਗੇਮ ਆਈਆਂ, ਅਤੇ ਉਹ 1984 ਦੀ ਆਈਆਂ, ਮੈਨੂੰ ਮੇਰੇ ਦੋਸਤ ਹੁੰਦੇ ਸਰਦਾਰ ਲਲਿਤ ਸਿੰਘ ਦਿੱਲੀ। ਅੱਛਾ, ਬੜੇ ਸੌਖੇ ਆਦਮੀ, ਗ੍ਰੀਨ ਪਾਰਕ ਉਹਨਾਂ ਦਾ ਹਲੇ ਵੀ, ਮਹਿੰਦਰ ਹਸਪਤਾਲ ਹੀ ਹੈਜ਼ ਬਿਲਟ ਦਾ ਮੰਤਲਾਬ ਜਿਹੜਾ ਹੈ ਨਾ, CRP ਕੈਂਪ ਉਹਨੇ ਬਣਾਇਆ ਦਾ। ਅੱਛਾ, ਲਿਖੇ ਦੱਸ ਲਿਖੇ ਮੁੰਡੇ, ਬੜੇ ਅੱਛੇ ਲੋਕ ਹੈ ਜੀ। ਉਹ ਨੋ ਮੋਰ ਇਸ ਲਈ ਨਹੀਂ ਹੈ, ਉਹ ਸੁਣਾਉਂਦੇ ਸੀ ਸਾਨੂੰ ਕਿ ਭਾਈ ਜਿਹੜਾ ਕੰਪਿਊਟਰ ਲਿਆਉਂਦਾ ਸੀ ਉਹ ਸਾਨੂੰ ਠੇਕਾ ਮਿਲਿਆ ਸੀ। ਅੱਛਾ, 1984 ਦੇ ਵਿੱਚ ਕੰਪਿਊਟਰ ਲਾਇਆ ਨਾ, ਰਾਜੀਵ ਗਾਂਧੀ ਟਾਈਮ ਲਿਆਉਂਦਾ ਸੀ। ਹਾਂ, ਕੰਪਿਊਟਰ ਲਿਮਿਟਡ ਕੰਪਿਊਟਰ, ਵੱਡੇ ਕੰਪਿਊਟਰ ਆਏ ਸੀ। ਬਿਲਕੁਲ, ਉਸ ਟਾਈਮ ਟੈਕਨੋਲੋਜੀ ਚੇਂਜ ਹੋਈ, ਆਸਤਾ ਆਸਤਾ ਚੇਂਜ ਹੋਇਆ, ਇੰਨਾ ਗਏ ਸ਼ਹਿਰ ਵੀ ਚੇਂਜ ਹੋਈ, ਸਾਰੇ ਆਸਤਾ ਨੈਚੁਰਲ, ਇੱਥੇ ਥੋੜ੍ਹਾ ਟਾਈਮ ਲੱਗਿਆ, ਬਾਕੀ ਤਾਂ ਵੱਧ ਜਾਏਗਾ ਖਰਚੇ, ਆਸਤਾ ਆਸਤਾ ਲਿਮਿਟਡ ਨਾਲ ਗੱਡੀਆਂ ਆ ਗਈਆਂ। ਜੀਆਂ ਭਾਈ, ਜਿਸ ਇਸ ਪਰੇਡ 'ਚ ਇੱਥੋਂ ਗੱਡੀਆਂ ਜਾਂਦੀਆਂ ਇੰਟਰਸਟੇਟ, ਅੱਜ ਇੱਥੇ ਗੱਡੀ ਲਾਣੀ ਜਗ੍ਹਾ ਨਹੀਂ। ਅੱਜ ਪਹਿਲੀ ਗੱਲ ਦੇਖੋ, 80 ਦੇ ਵਿੱਚ ਆਈ ਮਾਰੂਤੀ, 22,000 ਰੁਪਏ ਲੈਣ ਗਏ ਸੀ ਮੇਰੇ ਫਾਦਰ, ਮੈਂ ਗਿਆ ਲੈਣ, ਇੱਥੇ ਲੱਗੀ ਨਹੀਂ ਗੰਨ ਨਗਰ ਲੱਗੇ ਸੀ 80 ਦੇ ਵਿੱਚ, 79 ਸਾਈਜ਼ 80 ਅਸੀਂ ਜਾ ਰਹੇ, ਕਹਿੰਦੇ ਯਾਰ ਮਾਰੂਤੀ ਦੇਖ ਲੈਣੇ, ਉਹ ਦੇਖੀ ਮਾਰੂਤੀ ਦੇ, ਮਤਲਬ ਉਹ ਬਜ਼ੁਰਗ ਲੋਕ ਨਾ ਆਪਣੇ ਹਿਸਾਬ ਨਾਲ ਚੱਲਦੇ ਸੀ ਸਾਰੇ, ਬਿਲਕੁਲ ਬਿਲਕੁਲ, ਬੱਚਿਆਂ ਅਸੀਂ ਤਾਂ ਬਹੁਤ ਸੋ ਲਿਟਲ ਸੀ ਉਸ ਟਾਈਮ, ਨਿਊਰੀ ਸਾਡੀ ਬੜੀ 14-15 ਸਾਲ ਦੀ ਉਮਰ ਹੋਣੀ ਉਸ ਟਾਈਮ। ਅੱਛਾ, ਤਾਂ ਉਹ ਗੱਲ ਕਰੇ ਕਹਿੰਦੇ ਉਹ ਜਿਹੜੇ ਆਸਾ ਆਸਾ ਟੈਕਨੋਲੋਜੀਆਂ ਆਈਆਂ, ਦੇਸ਼ ਕਨਵਰਸ਼ਨ ਚੇਂਜ ਹੋਣੀ, ਗੱਡੀਆਂ ਆਉਂਦੀ ਗਈਆਂ, ਹੋਰ ਚੀਜ਼ਾਂ ਚੇਂਜ ਹੋਈਆਂ, ਬੜਾ ਕੁਛ ਫਰਕ ਪੈਂਦਾ ਜੀ। ਅੱਜ ਤਾਂ ਪਤਾ ਹੀ ਨਹੀਂ ਲੱਗਦਾ ਕੀ ਹੈ ਤਾਂ ਕੀ ਨਹੀਂ ਹੈ। ਉਹ ਅੱਜ ਕੱਲ੍ਹ ਜੰਮੂ ਸ਼ਹਿਰ ਵੀ ਕਈ ਕਿਲੋਮੀਟਰ 'ਚ ਫੈਲੀ ਚੁੱਕੇ ਦਾ, ਘੱਟ ਤੋਂ ਘੱਟ 20-22 ਕਿਲੋਮੀਟਰ ਚਲੇ ਗਏ, ਬੜੀ ਵੀ ਆਪਣਾ ਕਾਰਪੋਰੇਸ਼ਨ ਬਣੀ ਸੀ, ਤੁਹਾਨੂੰ ਬੜੀ ਵੀ ਆਪਣਾ ਕਾਰਪੋਰੇਸ਼ਨ 20-22 ਕਿਲੋਮੀਟਰ ਤੁਹਾਨੂੰ ਆ ਗਏ ਅੰਡਰਸਟੈਂਡ, ਉਹ ਐਕਸਪੈਂਡ ਹੋ ਰਿਹਾ, ਇਹਦੇ ਬੰਤਲਾ ਚੱਲ ਜਾਓ, ਬੰਤਲਾ ਦੇ ਅੱਗੇ ਚੱਲ ਜਾਓ, ਕੋਟ ਭਲਵਾਲਾ ਤੱਕ ਗੇਟ, ਕੋਟ ਭਲਵਾਲਾ ਦੇ ਗਿਆ ਨਹੀਂ ਹੈ ਰੀਸੈਂਟਲੀ, ਪਤਾ ਇਸ ਸਾਲ ਜਾਣਾ, ਜਿਸ ਸਾਹਿਬ ਚਲੋ ਇਸ ਸਾਲ ਚੱਲ ਜਾਏਗਾ,
ਅਗਲੇ ਨੈਕਸਟ ਈਅਰ, ਕਿਉਂਕਿ ਉੱਥੇ ਸਾਈਡਾਂ ਦੇ ਵਿੱਚ ਹਲੇ ਪੂਰਾ ਪਰਫੈਕਟ ਨਹੀਂ ਹੋਇਆ, ਜਿੱਥੇ ਤੇ ਡਿਵੈਲਪਮੈਂਟ ਆਈ ਕਰਦੀ ਹੈ ਉਹਨੂੰ ਜਾਇਆ ਕਰਦੇ। ਡਿਵੈਲਪਮੈਂਟ ਬਹੁਤ ਹੈ, ਐਵਰੀਬਾਡੀ ਕਲੋਨੀ ਡਿਵੈਲਪ ਹੋ ਰਹੀ ਹੈ ਹਰ ਜਗ੍ਹਾ, ਮੈਂ ਦੇਖਿਆ ਕਰਨਾ ਪੈਂਦਾ। ਤੋ ਆਫਟਰ ਆਲ ਮੈਂ ਰਿਲੇਟਿਡ ਆ ਨਾ ਪ੍ਰੋਪਰਟੀ ਦੇ ਵਿੱਚ, ਅਤੇ ਮੈਨੂੰ ਸਾਰਾ ਨੌਲੇਜ ਹੁੰਦੀ ਹੈ। ਇਹ ਸਾਡੇ ਸਾਹਮਣੇ ਬਣਿਆ ਸਾਡਾ ਕੀ ਸਭਾ ਹੀ ਬ੍ਰਾਹਮਣ ਸਭਾ, ਬ੍ਰਾਹਮਣ ਸਭਾ ਸਾਡੇ ਸਾਹਮਣੇ ਬਣੀ ਆ, ਆਪਣੀ ਹੋਸ਼ੀ ਬਣੀ ਸਾਰੀ। ਬਣੀ ਬੜਾ ਵੱਡਾ ਬਦਲਾਵ ਜਿਹੜਾ ਜੰਮੂ ਸ਼ਹਿਰ ਚਾਹੀਦਾ ਜੀ, ਆਉਣਾ ਪੈਣਾ ਬੜਾ ਚਾਹੀਦਾ, ਅਰੇ ਹੋਰ ਬਦਲਾਵ ਚਾਹੀਦਾ ਐਡਵਾਂਸ ਲੋਕ ਸਾਡੇ ਨਾ। ਲੇਕਿਨ ਦੁਕਾਨਦਾਰੀ ਕਿੰਨੇ ਗੱਲਬਾਤ ਹੋਈ ਆਖਦੇ ਪਰੇਸ਼ਾਨੀ ਅਸੀਂ ਆਵਦੀ ਪਾਰਕਿੰਗ ਦੀ ਜਗ੍ਹਾ ਨਹੀਂ ਹੈ, ਜਿਸ ਕਾਰਨ ਸਾਡਾ ਬਿਜ਼ਨਸ ਜਿਹੜਾ ਸਰ ਮੈਂ ਸੁਣੇ ਦਾ ਕਿ ਇਹ ਤੋੜ ਕੇ ਨਾ ਬਣਾਉਣਾ ਕੁਛ, ਅੱਛਾ ਮਲਟੀਪਲੈਕਸ ਬਣਾਉਣਾ ਨਾ, ਅੱਛਾ ਇਹਨੇ ਬਣਾਉਣਾ ਰੀਸੈਂਟਲੀ। ਇਹ ਮੇਅਰ ਜਦੋਂ ਆਇਆ ਸੀ ਕੀ ਨਾਰਾ ਮੇਅਰ ਦਾ ਚੰਦਰਮੋਹਨ, ਉਹਨੇ ਅਨਾਊਂਸ ਕੀਤਾ ਸੀ ਤੋੜ ਕੇ ਬਣਾਵਾਂਗੇ ਮੰਡੀ ਵਾਲਾ, ਤਾਂ ਬੜੀ ਦੇਰ ਅਨਾਊਂਸਮੈਂਟ ਸੁਣੇ ਕਿ ਮੰਡੀ ਬੜੀ ਵਧੀਆ ਬਣੇਗੀ, ਵਧੀਆ ਬਣੇਗੀ, ਮਗਰ ਅੱਜ ਤੱਕ ਉਹ ਪਾਰਕਿੰਗ ਬਣੇਗੀ, ਅੱਜ ਤੱਕ ਵਾਜ ਹੀ ਰਿਹਾ ਕੰਮ, ਮਗਰ ਇਹ ਬਣਨਾ ਜ਼ਰੂਰ ਹੈ। ਉਹ ਕੰਜੈਸਟਡ ਪਲੇਸ ਹੈ ਸਰ, ਦੇਖ ਲਓ ਕਿੰਨਾ ਕੰਜੈਸਟਡ ਪਲੇਸ ਹੈ, ਗੱਡੀ ਪਾਰਕਿੰਗ ਸਮੱਸਿਆ ਨਹੀਂ ਹੈ। ਇਸ ਤੋਂ ਬੈਟਰ ਸ੍ਰੀਨਗਰ ਹੈ ਲਾਲ ਚੌਂਕ, 2000 ਗੁਣਾ ਬੈਟਰ ਹੈ, ਅਸੀਂ ਕਿੰਨੇ ਵਜੇ ਜਾਂਦੇ ਹਾਂ, ਪਾਰਕਿੰਗ ਸਿਸਟਮ ਉੱਥੇ, ਦੁਕਾਨਦਾਰ ਸਿਸਟਮ ਹੈ ਸਾਰਾ, ਦੇਖਣਾ ਪੜੇਗਾ ਅਸੀਂ ਬਹੁਤ ਦੇਖਣੇ ਸਿਰ ਮੈਂ ਮਿੰਟ ਜਾਂਦੇ ਜਾਂਦੇ ਸਿਰ ਉੱਥੇ ਵੀ ਸਾਡਾ ਥੋੜ੍ਹਾ ਥੋੜ੍ਹਾ ਕੰਮ ਚੱਲਦਾ ਰਹਿੰਦਾ।